بسم الله الرحمن الرحیم. السلام علیکم جی، میں تے سارے بہن بھائی ٹھیک ہو سر اللہ علیہ نے تو مان چو سو جی اج سکے سکنے جی کلتے ہیں باہر گارڈن وچ دیڑا اج گارڈننگ کلیننگ گارڈن کلین کرنے ہیں کافی گند پہ اسی میں چلو ایدی تو پہلے کری چھوڑی ہے ٹھنڈ تک ہو نہیں دھوپ چڑی بھی ہے لیکن چکھڑ کافی ہے ہوا بہت زیادہ ہے تے کیمرا سٹینڈ پر کھلن نہیں لگا میں چلو یہ تھوڑے بہت بنا لیا جتنا ہو بھی سکنا دعا نور بھی نال ہے اس کھلن بھی کوئی سٹینڈ پر دینا کیمرا لا نہیں لے سی اس واسطے تھی تھوڑا بہت دسنی ہے ماشاء اللہ مول شول نکلے ہیں درختوں پر کوئی تھوڑے بہت پھل شل بھی نکلے ہوئے وہ بھی تھی دسنے ہیں نال گارڈن بھی تھوڑا بہت صاف صفائی نہ شیئر کرنے ہیں ਉਦੋਂ ਪਹਿਲੇ ਦਾ ਤੱਕੋ ਜੀ ਇਹ ਚੈਰੀਆਂ ਨੂੰ ਜਿਹੜਾ ਮੈਂ ਤੁਸੀਂ ਦੱਸਿਆ ਸੀ ਇਹ ਤਾਂ ਕੋਈ ਨਿੱਕੇ ਨਹੀਂ ਗਏ ਮੋਲ ਨਿਕਲਣਾ ਛਣਾ ਪਿਆ ਪੂਰੇ ਦਰਖਤ ਹੈ ਪਰ ਮੌਸਮ ਵੀ ਠੀਕ ਆ ਅਤੇ ਮੈਂ ਚਲੋ ਇਹ ਅੱਜ ਸਾਫ ਸਫਾਈ ਕਰੀਏ ਝਾੜ ਛਾੜ ਹੈ ਨਾ ਕਾਲੇ ਮਾੜੇ ਮਾੜੇ ਹੀ ਆ ਥੋੜ੍ਹੇ ਥੋੜ੍ਹੇ ਸਾਰਾ ਓਵਰਆਲ ਠੀਕ ਹੀ ਹੈ ਨਾਲ ਗੰਧ ਤੱਕੋ ਕਿਤਨਾ ਪਏ ਆ ਗਾਰਡਨ ਵਿੱਚ ਇਸੇ ਸਾਫ ਸੁਥਰਾ ਕਰਨੇ ਆ ਈਦੀ ਤੋਂ ਪਹਿਲੇ ਪਹਿਲੇ ਈਦੀ ਪਰ ਜੇ ਕੋਈ ਮੌਸਮ ਠੀਕ ਹੋਇਆ ਤਾਂ ਫਿਰ ਤਾਂ ਬਾਹਰ ਕੁਝ ਕਰ ਸਾ ਜੇ ਦੁਆ ਨੂਰ ਕਰਨ ਦਿੱਤਾ ਤਾਂ ਬਾਬੂ ਕਮੇ ਆ ਕਮੇ ਸੇ ਹਾਈ ਥੋੜ੍ਹਾ ਬਹੁਤਾ ਸਾਫ਼ ਕਰਨੇ ਆ ਇਹਨਾਂ ਚੀਜ਼ਾਂ ਦੀ ਚੀਜ਼ਾਂ ਦੋਵੇਂ ਪਾਸੇ ਰੱਖਣੇ ਆ ਜਾਂ ਬੁਰਸ਼ ਬੁਰਸ਼ ਮਾਰਨੇ ਆ ਪਹਿਲੇ ਬੈਗਾਂ 'ਚ ਬਾਂਹ ਸਾਰਾ ਇਹ ਜਿਹੜੇ ਪੇਪਰ ਪੇਣ ਇਹ ਸਾਰੇ ਗੱਠਾ ਕਰੀ ਬੈਗਾਂ 'ਚ ਅੱਗੇ ਬਾਹਣੇ ਆ ਪੱਤਰ ਵੀ ਜੀ ਇਹ ਤਾਂ ਕੋਈ ਨਹੀਂ ਮਾਸ਼ਾ ਅੱਲਾ ਜੀ ਕਾਫ਼ੀ ਹੱਦ ਤੱਕ ਅਸੀਂ ਸਾਫ਼ ਕਰੀ ਜੋੜਿਆ ਅੱਗੇ ਕੋਨੇ ਛੋਨੇ ਸਾਫ਼ ਹੋਈ ਗਏ ਨੇ ਦੂਰੋਂ ਥੋੜ੍ਹਾ ਬਹੁਤਾ ਰਹਿਣਾ ਜੇ ਪਾਣੀ ਸ਼ਾਣੀ ਲਾਉਣੇ ਆ ਲੱਗੇ ਤਾਂ ਕੋਈ ਪਾਣੀ ਜਾਣਾ ਉਸੀ ਪਿਆ ਤਾਂ ਕੋਈ ਪਾਣੀ ਸਾਣੀ ਮਾਰੀ ਮਿੱਟੀ ਛਿੱਟੀ ਸਾਰੀ ਬਾਹਰ ਕੱਢਣੇ ਆ ਪਰ ਇਹ ਇੱਕ ਦੋ ਵਾਰੀ ਹਲੇ ਸਾਫ਼ ਕਰਨਾ ਪਏ ਸੀ ਤਾਂ ਜੇ ਤਾਂ ਸਾਫ਼ ਹੁਸੀ ਸੀ ਮਿੱਟੀ ਕਾਫ਼ੀ ਹੈ ਇਹਨਾਂ ਗਮਲਿਆਂ ਕਿ ਵੀ ਸਾਰਿਆਂ ਕਿ ਸੈੱਟ ਕਰੀ ਤਾਂ ਰੱਖਣੇ ਆ ਮਤਲਬ ਫੁੱਲ ਵੀ ਨਿਕਲੇ ਛਣੇ ਮਤਲਬ ਕਿ ਗਮਲੇ ਸਾਰੇ ਸੈੱਟ ਕਰਨੇ ਪਏ ਸਨ ਨਵਾਂ ਐਲ ਬਾਹਣਾ ਪਏ ਸੀ ਅਤੇ ਵਿੱਚੋਂ ਕਿਨਾਰੀ ਵੀ ਸਾਫ਼ ਕਰਨੀ ਪਈ ਸੀ ਸਹੀ ਤਰ੍ਹਾਂ ਐਪਲਾਂ ਦਾ ਤੁਸੀਂ ਕੀ ਦੱਸੋ ਐਪਲਾਂ ਪਰ ਮਾਸ਼ਾ ਅੱਲਾ ਫੁੱਲ ਕਾਫ਼ੀ ਲੱਗੇ ਨੇ ਨਿੱਕਾ ਜਿਹਾ ਪੌਦਾ ਹੀ ਹੈ ਬੂਟਾ ਇਹਦਾ ਕੋਈ ਬਾਕੀ ਆਵਾਜ਼ ਤਾਂ ਕਾਫ਼ੀ ਹੈ ਚੱਕੜ ਫਿਰ ਜੀ ਇੱਧਰੋਂ ਸਾਰਾ ਸਾਫ਼ ਹੋ ਗਿਆ ਗਾਰਡਨ ਸ਼ਾਰਡਨ ਉਹ ਰਹਿ ਗਿਆ ਜੀ ਇਹ ਜਗ੍ਹਾ ਇਹ ਹੁਣ ਬਾਰਿਸ਼ ਵੀ ਥੋੜ੍ਹੀ ਥੋੜ੍ਹੀ ਸ਼ੁਰੂ ਹੋ ਗਈ ਹੈ ਇਸ ਕੇ ਵੀ ਸਾਫ਼ ਕਰਨੇ ਆ ਜਿਤਨਾ ਹੋਣਾ ਉਤਨਾ ਇਹ ਵੀ ਕਰ ਛੁੜਨੇ ਆ ਥੋੜ੍ਹੀ ਦੇਰ ਬਾਅਦ ਇਹ ਸ਼ੁਰੂ ਕਰਨੇ ਆ ਥੋੜ੍ਹੀ ਜਿਹੀ ਰੈਸਟ ਕਰੀ ਦਿੰਦੀ ਹੈ You want to go where? I don't know where you're going. I'm going to go here. Come on. Yeah. Hey, wait, I'm going to clean the ground. Let's go. Yes, I'm going to go here. 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 ਕੀੜੇ ਹੋਣੇ ਨਾਲ ਨੂੰ ਤਾਂ ਕੋਈ ਅਛਣਾ ਕੋਈ ਨਹੀਂ ਪੱਟੋ ਵਿੱਚ ਉਹ ਕੀੜੀਆਂ ਖਾਂਦੇ ਆ ਹੁਣ ਇਹ ਵੀ ਚਾਲੇ ਜਿਹੜੇ ਫਾਲਤੂ ਨੇ ਪਏ ਹੋਏ ਹੁਣ ਲਾਈਨੇ ਗਲਫ ਇਹ ਹੈ ਤਾਂ ਕਿਹਾ ਲੱਕੜੀਆਂ ਛੱਕੜੀਆਂ ਇਹ ਜਿਹੜੀ ਬੂਟੀ ਹੈ ਨਾ ਇਹ ਇਸ ਨਾਲ ਫੁੱਲ ਬੜੇ ਸੋਹਣੇ ਸੋਹਣੇ ਲੱਗਣੇ ਹੋਣੇ ਚਿੱਟੇ ਇਸੇ ਰਹਿਣ ਦੇਣੇ ਆ ਤਾਂ ਬਾਕੀ ਨੇ ਜਿਹੜੇ ਗੀਟੇ ਛਿੱਟੇ ਇਹ ਚੀਜ਼ ਕਿੰਨੇ ਆ
ਬੈਗ ਵੀ ਮੈਂ ਨਾਲ ਹੀ ਕਿ ਨਹੀਂ ਆਇਆ ਸਾ ਮੈਂ ਨਾਲੋਂ ਨਾਲ ਬੈਗਾਂ 'ਚ ਹੀ ਬਾਈ ਜਾਣੇ ਆ ਮੈਂ ਕਿ ਸੁੱਕੇ ਪੱਤਰ ਜੋ ਕਿ ਇਹ ਅੰਬਾਂ ਜਿਹੜੀਆਂ ਢੀਕਾਂ ਖਾ ਖਾਈ ਖਾਈ ਤਾਂ ਸੱਟ ਹੀ ਜਾਣੇ ਨੇ ਖਾਏ ਇਹ ਗਮਲਿਆਂ 'ਚ ਹੈਲ ਕੱਢਿਆ ਸੀ ਬਿਲਕੁਲ ਸਹੀ ਹੈਲ ਹੈ ਇਸਨੇ 'ਚ ਸੱਤ ਵਰਕੇ ਨੇ ਹੈਲ 20ਵੀਂ ਵਿੱਚ ਇਹ ਵੀ ਮਾਸਾ ਮੁੱਲ ਨਹੀਂ ਛੜਵਾਉਣਾ ਦਿਲ ਸੀ ਇੱਥੇ ਲਾਈ ਛੋੜੀ ਆ ਕੋਈ ਫੁੱਲ ਛੁੱਲ ਕੋਈ ਸੱਤ ਵਰਕੇ ਨੇ ਲਾਈ ਹੈ ਕੋਈ ਉਹ ਚਿੱਟੇ ਚਿੱਟੇ ਫੁੱਲ ਨਹੀਂ ਹੋਣੇ ਪਤਾ ਨਹੀਂ ਕਿਆ ਆਖਣੇ ਨੂੰ ਲੰਘੀ ਜੈਸਮਿਨ ਜੈਸਮਿਨ ਫਲਾਵਰਸ ਵਾਈਟ ਵਨ ਜਿਹੜੇ ਉਹਨੇ ਬੋਤਲਾਂ ਨਾਲ ਹੀ ਚਾਹੀਦਾ ਦਾ ਖੋਪਾ ਜੀ ਬਾਰਿਸ਼ ਵੀ ਸ਼ੁਰੂ ਹੋਈ ਗਈ ਹੈ ਇਹਦਾ ਕੋਈ ਕੁੱਕੜ ਹੀ ਸਾਡਾ ਗਮਾਂ ਨਹੀਂ ਜਾਣਾ ਕੁੱਕੜ ਵੀ ਬਾਂਗਾਂ ਦੇਣਾ ਲੱਗੇ ਆ ਨਾਲ ਉਹ ਵੀ ਸੁਣੀ ਆ ਉਹ ਬਾਂਗਾਂ ਵੀ ਸੁਣੀਆਂ ਕਿਦਾਂ ਗੱਲ ਹੈ ਪੱਤਰ ਸਾਰੇ ਇਹ ਆਲੇਬਲ ਦਰਖਤ ਹੈ ਇੱਥੇ ਆਲੇਬਲ ਲੱਗਣਾ ਗੋਲੀ ਦਿਲ ਸੀ ਇਸ ਕੀ ਕੱਟੀ ਹੋਣਾ ਉਹ ਟਾਈਮ ਨਹੀਂ ਲੱਗਾ ਇਸ ਕੱਟਣੇ ਨਾਲ ਸਾਲ ਹੋ ਗਿਆ ਬਾਲਿਆ ਕਮੀਆਂ ਵੀ ਗਈਆਂ ਸਰ ਕੋਈ ਆਈ ਜਿਹੜੀਆਂ ਢਿੱਲਾਂ ਛਿੱਲਾਂ ਆਏ ਇਹ ਭੰਨੇ ਆਈਆਂ ਜਗ੍ਹਾ ਕੀ ਆ ਬਰਾਬਰ ਜਿਹਾ ਕਰਨੇ ਆ ਸਾਰੇ ਪੋਲੀ ਪੋਲੀ ਅਸਾਂ ਕੋਈ ਕੈਸੀ ਹੋ ਗਈ ਹੈ ਕੀੜੇ ਵੀ ਕਾਫੀ
ਅਸੀਂ ਇਹ ਤਾਂ ਕੋਲ ਇਹ ਹੋ ਗਈ ਆ ਭੋਲੀ ਚੰਗੀ ਭਲੀ ਸੈੱਟ ਹੋ ਗਈ ਨਾ ਹੁਣ ਕਰਨੇ ਆ ਦੁਈ ਸਾਜ ਲੈ ਮੈਂ ਤਾਂ ਕੋਈ ਕਿਤਨਾ ਸੁੱਕੇ ਆ ਇਹ ਪੌਦਾ ਇਹ ਲੱਗੇ ਸਿਰਫ ਫੁੱਲ ਇਸ ਕੀ ਚੀਜ਼ ਰੱਖਣੇ ਆ ਬਾਹਰ ਜਗ੍ਹਾ ਤਾਂ ਪੱਲੀ ਕਰੀ ਦੀ ਹੈ ਮਾਠੀ ਮਾੜੀ ਸਾਫ਼ ਹੀ ਕਰੀ ਕਹਿੰਦੀ ਹੈ ਹੁਣ ਤੱਕੜੀ ਇੱਥੇ ਫੁੱਲ ਕਿਹੜੇ ਲਾਈਏ ਇਹ ਬਾਅਦ ਹੀ ਸੋਚਦਾ ਲੱਕਿਆ ਕਿ ਵੀ ਦਰਦ ਹੋ ਗਿਆ ਤਾਂ ਬਾਰਿਸ਼ ਵੀ ਕਣੀਆਂ ਕਦੇ ਐਛਣੀਆਂ ਕਦੇ ਬੰਦ ਹੋਣੀਆਂ ਕਦੇ ਫਿਰ ਲੈਣੀਆਂ ਕਦੇ ਫਿਰ ਰੋਕਣੀਆਂ ਤਾਂ ਉਮੀਦ ਕਰਦੇ ਅੱਜ ਦੀ ਵੀਡੀਓ ਤੁਸੀਂ ਪਸੰਦ ਆਈ ਹੋ ਸੀ ਗਾਰਡਨਿੰਗ ਕਲੀਨਿੰਗ ਨਹੀਂ ਪਸੰਦ ਆਈ ਹੈ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਕਰੀ ਜੋੜੋ ਤੁਸੀਂ ਮਿਲਦਾ ਅਗਲੀ ਵੀਡੀਓ ਅਗਲੇ ਵਲੋਗ 'ਚ ਇਤਨੀ ਦੇਰ ਦਾ ਕੱਪੜਾ ਵੀ ਖਿਆਲ ਰੱਖੇ ਮਾੜੇ ਪਾਸੇ ਦੁਆ ਕਰੀ ਛੋੜੇ ਅੱਲਾ ਹਾਫਿਜ਼ ਸਾਹਿਬ ਚੜ੍ਹ ਗਿਆ